हेलो आवाज आ रही है? वेलकम माई फ्रेंड्स, वेलकम वेलकम। एक ही लाइन मुझे मिलती है बोलने के लिए, वो भी आप बोल रहे हो। सो थैंक यू, आपने इतना मान सम्मान दिया है मुझे, इतनी इज्जत दी। जी मैम, सोनी कुड़ी लागे बैठी हो ना, गल्ला नहीं आंदी बंदे नूं। अच्छा मैं पंजाबी गल करा, कोई गलत नहीं? चलो हम मिक्स बात करेंगे, ठीक है? इंग्लिश? ये कितों आया मेरा भरा है, पंजाब तो ही है। जहां तेन पंजाब का नहीं पता, जहां तेन मेरा नहीं पता। चलो क्या, थैंक यू सो मच, तुम मेरा वेलकम कर रहे, नहीं तो लोग मैं यही कहने कितों आ गया। हाँ जी, मैं गाला खादी हैं जी। ਉਹ ਮੈਂ ਜਿਹੜਾ ਮੁੰਡਾ ਮੈਨੂੰ ਲੈਣ ਆਇਆ ਸੀ, ਸਾਡੀ ਫਲਾਈਟ ਹੋ ਗਈ ਲੇਟ ਥੋੜ੍ਹੀ ਜੀ, ਉਹ ਬੜੀ ਦੇਰ ਵਿਚਾਰਾ ਬਾਹਰ ਖਲੋਤਾ ਰਹੇ ਅਤੇ ਉਹਨੂੰ ਪੈਸੇ ਪੈ ਗਏ। ਬਾਅਦ 'ਚ ਕਹਿੰਦਾ ਭਾਅ ਜੀ ਗਾਲ ਕੱਢ ਗਏ, ਗਾਲ 'ਚ ਬੜੇ ਪਿਆਰ ਹੁੰਦਾ ਸਾਡੇ ਪੰਜਾਬੀਆਂ ਦੀ, ਕੋਈ ਮਤਲਬ ਹਰ ਗੱਲ 'ਤੇ ਦੋ ਮਤਲਬ ਹੁੰਦੇ ਆ, ਅਤੇ ਮਤਲਬ ਉਹਨੇ ਗਾਲ ਵੀ ਕੱਢੀ ਨਾ, ਅਤੇ ਬੜੇ ਉਹਦੇ 'ਚ ਵੀ ਮੈਨੂੰ ਪਿਆਰ ਹੀ ਲੱਗਿਆ, ਗਾਲ ਨਹੀਂ ਲੱਗੀ ਮੈਨੂੰ। ਅਤੇ ਮੈਂ ਕਿਹਾ ਯਾਰ ਸਾਡੀ ਫਲਾਈਟ ਲੇਟ ਹੋ ਗਈ, ਉਹ ਫਿਰ ਲਗੇਜ ਲੈਂਦੇ ਲੈਂਦੇ ਟਾਈਮ ਲੱਗ ਗਿਆ, ਫਿਰ ਇਸ ਕਰਕੇ ਮੈਂ ਗਾਲਾਂ ਖਾਧੀਆਂ। ਬਾਕੀ ਉਹਦੇ ਬਾਅਦ ਆ ਕੇ ਮੈਂ ਫਿਰ ਰੋਟੀ ਪਾਣੀ ਖਾਧਾ। ਰੋਟੀ 'ਚ ਮੈਂ ਕੀ ਖਾਧਾ? ਨਹੀਂ ਚਾਹ, ਮੈਂ ਰਾਤੀ ਕੀ ਖਾਧਾ ਗੋਲਡੀ ਆਪਾਂ? ਹਾਂ ਮੈਨੂੰ ਯਾਦ ਨਹੀਂ ਆ ਰਿਹਾ ਮੈਂ ਕੀ ਖਾਧਾ ਜੀ। ਜੀ ਹਾਂਜੀ, ਹਾਂਜੀ ਜਿਹੜੀ ਕੌਮੇਡੀ ਦੀਆਂ ਸ਼ੇਡਸ ਨੇ ਨਾ, ਇਹ ਸ਼ੁਰੂ ਤੋਂ ਇੰਨੀਆਂ ਸੀਗੀਆਂ ਜਿੰਨੀਆਂ ਹੁਣ ਨੇ। ਮਤਲਬ ਫੂਹੜ ਕੌਮੇਡੀ ਜਿਹੜੀ ਹੈ ਇਹ ਪਹਿਲਾਂ ਵੀ ਹੈਗੀ ਸੀਗੀ ਅਤੇ ਹੁਣ ਵੀ ਹੈਗੀ ਹੈ। ਇੰਟੈਲੀਜੈਂਟ ਕੌਮੇਡੀ ਪਹਿਲਾਂ ਵੀ ਹੈਗੀ ਸੀਗੀ ਅਤੇ ਹੁਣ ਵੀ ਹੈਗੀ ਹੈ, ਠੀਕ ਹੈ? ਪਹਿਲਾਂ ਜਿਸ ਤਰ੍ਹਾਂ ਜਸਪਾਲ ਭੱਟੀ ਜੀ ਕਰਦੇ ਸੀਗੇ, ਹੈ ਨਾ, ਇੰਟੈਲੀਜੈਂਟ ਕੌਮੇਡੀ ਕਰਦੇ ਸੀਗੇ। ਅੱਜ ਕੱਲ੍ਹ ਵੀ ਤੁਸੀਂ ਦੇਖੋ ਸਾਡੀ ਜਿਹੜੀ ਪੋਲੀਟੀਸ਼ੀਅਨਸ ਕਰਦੇ ਨੇ ਇੰਟੈਲੀਜੈਂਟ ਕੌਮੇਡੀ ਸਾਰੀ, ਤੁਸੀਂ ਦੇਖੋ ਗੱਲ ਬੜੀ ਇੰਟੈਲੀਜੈਂਟ ਤਰੀਕੇ ਦੇ ਨਾਲ ਕਰਦੇ ਆ, ਅਤੇ ਕਿਸੇ ਵੇਲੇ ਸਾਨੂੰ ਹਾਸਾ ਆ ਜਾਂਦਾ, ਇਸੇ ਕਰਕੇ ਅਸੀਂ ਰੀਲਾਂ ਇੱਦਾਂ ਕਰਕੇ ਵੇਖਦੇ ਰਹਿੰਦੇ ਹਾਂ ਇੱਦਾਂ ਕਰਦੇ। ਮੇਰਾ ਦੋਸਤ ਹੈ ਉਹ ਜਿਹੜੇ ਪੋਲੀਟੀਸ਼ਨਾਂ ਦੀਆਂ ਨਾ ਰੀਲਾਂ ਬੜੀਆਂ ਲਾਈਕ ਕਰਦਾ, ਉਹ ਇੰਨੀਆਂ ਰੀਲਾਂ ਲਾਈਕ ਕਰਦਾ ਉਹਦਾ ਅੰਗੂਠਾ ਇੱਦਾਂ ਘੱਸ ਗਿਆ, ਇੱਦਾਂ ਹੋ ਗਿਆ ਵਿਚਾਰ ਦਾ ਇੱਦਾਂ ਕਰ ਕਰਕੇ। ਸੋ ਇੰਟੈਲੀਜੈਂਟ ਕੌਮੇਡੀ ਪਹਿਲਾਂ ਵੀ ਸੀਗੀ ਹੁਣ ਵੀ ਹੈ, ਅਤੇ ਕੌਮੇਡੀ ਦੇ ਜਿਹੜੇ ਸ਼ੇਡਸ ਨੇ ਨਾ ਉਹ ਦੇਖੋ, ਕੌਮੇਡੀ ਜਿਹੜੀ ਹੈ ਕਦੀ ਖਤਮ ਨਹੀਂ ਹੋ ਗਈ, ਜਦ ਤੱਕ ਸਾਡੇ ਹਾਲਾਤ ਨੇ ਤਦ ਤੱਕ ਕੌਮੇਡੀ ਹੈ। ਹਾਂਜੀ, ਨਹੀਂ ਉਹ ਕਿੱਦਾਂ ਦੀ ਕੌਮੇਡੀ ਹੋਈ ਜੇ ਕਿਸੇ ਨੂੰ ਰਵਾਜ ਦਿੱਤਾ ਸੀ ਤਾਂ? ਨਹੀਂ ਨਹੀਂ ਦੈਟ ਇਜ਼ ਨੋਟ ਕੌਮੇਡੀ ਨਾ।
ਕਾਮੇਡੀ ਕਿਸੇ ਨੂੰ ਹਸਾਉਣ ਵਾਸਤੇ ਹੁੰਦੀ ਹੈ, ਖੁਸ਼ ਕਰਨ ਵਾਸਤੇ ਹੁੰਦੀ ਹੈ ਨਾ, ਅਤੇ ਐਵੇਂ ਅਸੀਂ ਵਿਚਾਰੇ ਨੂੰ ਕੋਈ ਗੱਲ ਇੱਦਾਂ ਨਹੀਂ ਕਹਿ ਰਹੀ ਅਗਲੇ ਦਾ ਰੋਣਾ ਨਿਕਲ ਜਾਵੇ ਅਤੇ ਉਹ ਕਾਮੇਡੀ, ਦੈਟ ਇਜ਼ ਨੋਟ ਕਾਮੇਡੀ। ਹਾਂਜੀ ਕੀ? ਹਾਂ ਨਹੀਂ, ਖੁਸ਼ ਹੀ ਨਹੀਂ ਹੁੰਦਾ, ਖੁਸ਼ ਹੀ ਹੁੰਦਾ ਅਤੇ ਉਹਦੇ 'ਚ ਇਹ ਜੋ ਆਂਸੂ ਹੈ ਉਹ ਖੁਸ਼ੀ ਕੇ ਵੀ, ਮਤਲਬ ਖੁਸ਼ੀ ਕੇ ਵੀ ਹੋਤੇ ਹੈ, ਐਸੀ ਬਾਤ। ਇਹ ਕਾਪ ਕਹਾਂ ਸੇ ਹੈਂ ਆਪ? ਯੂਪੀ ਸੇ? ਅੱਛਾ ਯਾਰ, ਵੈਰੀ ਗੁੱਡ, ਯੂਪੀ ਸੇ ਆਪ ਪੰਜਾਬ ਕਾ ਇਤਨਾ ਸਫ਼ਰ ਤੈਅ ਕਰ ਲਿਆ, ਬਾਕੀ ਰਿਸ਼ਤੇਦਾਰ ਕਿੱਧਰ ਹੈ, ਉੱਧਰ ਕੀ ਸਾਰੇ ਇੱਧਰ ਆ ਗਏ? ਵੈਰੀ ਗੁੱਡ, ਵੈਰੀ ਗੁੱਡ, ਵੈਲਕਮ ਮਾਈ ਫਰੈਂਡ, ਵੈਲਕਮ ਵੈਲਕਮ ਜੀ। ਸਭ ਤੋਂ ਜ਼ਿਆਦਾ ਹਾਂਜੀ ਨਹੀਂ ਹੈ, ਕੋਈ ਪ੍ਰੈਸ਼ਰ ਨਹੀਂ, ਪ੍ਰੈਸ਼ਰ ਸਿਰਫ ਜਦੋਂ ਚਾਹ ਪੀਂਦਾ ਮੈਂ ਉਦੋਂ ਪੈਂਦਾ, ਬਾਕੀ ਕੌਮੇਡੀ ਦਾ ਕਾਹਦਾ ਪ੍ਰੈਸ਼ਰ ਹੈ, ਉਹ ਤਾਂ ਤੁਸੀਂ ਇਹ ਵੀ ਹਾਂ, ਇਹ ਜ਼ਰੂਰ ਹੁੰਦਾ ਵੀ ਇੱਕ ਚੀਜ਼ ਦਾ ਪ੍ਰੈਸ਼ਰ ਹੁੰਦਾ ਕਿ ਅਗਲੇ ਸਾਹਮਣੇ ਵਾਲੇ ਬੰਦੇ ਦਾ ਮੂਡ ਕਿਸ ਤਰ੍ਹਾਂ ਦਾ ਹੈਗਾ, ਅਤੇ ਤੁਸੀਂ ਜਾ ਕੇ ਹਾਸਾ ਪਾਉਣਾ ਹੈ ਨਾ ਕਿਸੇ ਵੇਲੇ, ਅਤੇ ਉਹ ਬੜਾ ਟਫ ਹੋ ਜਾਂਦਾ ਸਾਹਮਣੇ ਵਾਲਾ, ਮਤਲਬ ਹੱਸਣ ਲੱਗਿਆ ਵੀ ਇੱਕ ਤੁਹਾਨੂੰ ਉਹਨੂੰ ਭਾਰ ਲੱਗੇ, ਉੱਥੇ ਕੌਮੇਡੀ ਨਹੀਂ ਹੋ ਸਕਦੀ। ਫਿਰ ਜਿੰਨਾ ਮਰਜ਼ੀ ਭਾਵੇਂ ਜੌਨੀ ਲੀਵਰ ਸਾਹਿਬ ਕਿਉਂ ਨਾ ਸਾਹਮਣੇ ਆਉਣ, ਹੈ ਨਾ, ਉੱਥੇ ਫਿਰ ਬੰਦਾ ਬੜਾ ਜ਼ੋਰ ਲਾਈ ਜਾਏਗਾ ਤਾਂ ਵੀ ਨਹੀਂ ਗੱਲ ਬਣਦੀ ਉੱਥੇ, ਉੱਥੇ ਫਿਰ ਸਿੱਧੇ ਸਿਆਣੀਆਂ ਗੱਲਾਂ ਕਰੋ, ਫਿਰ ਮੈਂ ਤਾਂ ਸਿਆਣੀਆਂ ਗੱਲਾਂ ਕਰਨੀਆਂ ਸ਼ੁਰੂ ਕਰਨਾ ਵੀ ਪਰਮਾਤਮਾ ਇੱਕ ਹੈ, ਜਾਂ ਫਿਰ ਮੈਂ ਮੌਸਮ ਦੀ ਗੱਲ ਕਰਨੀ ਸ਼ੁਰੂ ਕਰ ਦਿੰਦਾ, ਦੇਖੋ ਮੌਸਮ ਬਾਹਰ ਠੰਡ ਹੋ ਗਈ, ਮੌਸਮ ਬਦਲ ਗਿਆ ਹੈ, ਜਾਂ ਟਾਈਮ ਦੀ ਗੱਲ ਕਰਨੀ ਸ਼ੁਰੂ ਕਰ ਦਾਂਗੇ, ਸੋ ਉੱਥੇ ਨਹੀਂ ਕੌਮੇਡੀ ਹੋ ਸਕਦੀ। ਸੋ ਇੱਦਾਂ ਦਾ ਪ੍ਰੈਸ਼ਰ ਕੋਈ ਨਹੀਂ ਹੁੰਦਾ, ਅਤੇ ਪ੍ਰੈਸ਼ਰ ਸਿਰਫ ਉਦੋਂ ਹੁੰਦਾ ਸਾਹਮਣੇ ਵਾਲੇ ਮੂਡ 'ਤੇ ਡਿਪੈਂਡ ਕਰਦਾ। ਤੁਸੀਂ ਮੈਡਮ, ਹਰ ਚੀਜ਼ ਦਾ ਇੱਕ ਸਕੂਲ ਹੋਏਗਾ, ਤੁਹਾਡੇ ਵੀ ਇੱਥੇ ਜਿਸ ਤਰ੍ਹਾਂ ਯੂਨੀਵਰਸਿਟੀ ਦੇ ਵਿੱਚ ਹਰ ਚੀਜ਼ ਦਾ ਸਬਜੈਕਟ ਹੋਏਗਾ, ਜਿਸ ਤਰ੍ਹਾਂ ਮਿਊਜ਼ਿਕ ਦਾ ਵੀ ਸਬਜੈਕਟ ਹੋਏਗਾ, ਮਾਸ ਕੌਮ ਦਾ ਸਬਜੈਕਟ, ਹਰ ਚੀਜ਼ ਸਿਖਾਈ ਜਾ ਸਕਦੀ ਹੈ, ਪਰ ਕੌਮੇਡੀ ਕਿਤੇ ਵੀ ਤੁਸੀਂ ਸਬਜੈਕਟ ਨਹੀਂ ਦੇਖੋਗੇ, ਨਾ ਹੀ ਕੌਮੇਡੀ ਦਾ ਕੋਈ ਸਕੂਲ ਦੇਖੋਗੇ। ਕੌਮੇਡੀ ਬਾਈ ਬਰਥ, ਕੌਮੇਡੀ ਇਜ਼ ਆਲ ਅਬਾਊਟ ਟਾਈਮਿੰਗ, ਅਤੇ ਉਹ ਟਾਈਮਿੰਗ ਜਿਹੜੀ ਨਾ, ਹਾਂਜੀ ਹਾਂਜੀ ਆਉਣਾ ਇੱਕ ਮਿੰਟ, ਅਤੇ ਕੌਮੇਡੀ, ਹਾਂਜੀ ਦਿਸ ਇਜ਼ ਕਾਲਡ ਟਾਈਮਿੰਗ, ਨਾ ਮੈਨੂੰ ਪਤਾ ਲੱਗਾ ਉਹਨਾਂ ਨੇ ਕੀ ਕਿਹਾ, ਨਾ ਉਹਨੂੰ ਵਿਚਾਰ ਨੂੰ ਪਤਾ ਲੱਗਾ ਮੈਂ ਉਹਨੂੰ ਕੀ ਕਿਹਾ, ਅਤੇ ਇਹ ਇੱਕ ਟਾਈਮਿੰਗ ਹੈ, ਇਟ ਇਜ਼ ਆਲ ਅਬਾਊਟ ਟਾਈਮਿੰਗ, ਅਤੇ ਜਿਹਦੇ ਕੋਲ ਟਾਈਮਿੰਗ ਨਹੀਂ ਹੈ ਤੁਸੀਂ ਉਹਨੂੰ ਕਿੰਨਾ ਵਧੀਆ ਜੋਕ ਵੀ ਦੇ ਦਿਓ, ਉਹਦੇ ਕੋਲੋਂ ਜੋਕ ਨਹੀਂ ਵੱਜਣਾ, ਅਤੇ ਇਹ ਜਿਹੜਾ ਟਾਈਮਿੰਗ ਹੈ ਨਾ, ਇਹ ਬਾਈ ਬਰਥ ਹੀ ਤੁਹਾਨੂੰ ਆਉਂਦੀ ਹੈ, ਅਤੇ ਇਹ ਸਿੱਖੀ ਨਹੀਂ ਜਾ ਸਕਦੀ। ਮੈਨੂੰ ਲੱਗਦਾ ਤੁਸੀਂ ਸਿਰਫ ਵੀਡੀਓ ਹੀ ਵੇਖਦੇ ਹੋ ਸਟੈਂਡ ਅਪ ਕਾਮੇਡੀ ਦੀ, ਪਤਾ ਕਿਉਂ? ਜਦੋਂ ਆਪਾਂ ਇੱਕ ਚੀਜ਼ ਦੇਖੀ ਜਾਂਦੇ ਨਾ, ਸਾਨੂੰ ਅੱਗੇ ਸੁਜੈਸ਼ਨ ਉੱਦਾਂ ਦੀ ਆਈ ਜਾਂਦੀਆਂ, ਤਾਂ ਸਾਨੂੰ ਲੱਗਦਾ ਸਿਰਫ ਤਾਂ ਸਿਰਫ ਵਰਲਡ ਦੇ ਵਿੱਚ ਸਟੈਂਡ ਅਪ ਕਾਮੇਡੀ ਹੋ ਰਹੀ ਹੈ, ਇੱਦਾਂ ਨਹੀਂ ਹੈ, ਬੜਾ ਕੁਛ ਹੋਰ ਵੀ ਹੋ ਰਿਹਾ। ਹਾਂ, ਜਿਹੜਾ ਬੰਦਾ ਕੁਛ ਨਹੀਂ ਕਰ ਪਾ ਰਿਹਾ ਵਿਚਾਰਾ, ਲੇਕਿਨ ਉਹ ਕੁਛ ਕਰਨਾ ਚਾਹੁੰਦਾ ਹੈ, ਉਹਨੂੰ ਇਹ ਲੱਗਦਾ ਹੈ ਕਿ ਯਾਰ ਮੈਂ ਜਿਸ ਤਰ੍ਹਾਂ ਇਹ ਬੰਦਾ ਕਰ ਰਿਹਾ, ਮੈਂ ਵੀ ਕਰ ਸਕਦਾ, ਅਤੇ ਉਹ ਜ਼ਰੂਰ ਇਹ ਕੰਮ ਕਰ ਰਿਹਾ, ਔਰ ਇਹਦੇ 'ਚ ਕੋਈ ਬੁਰੀ ਗੱਲ ਨਹੀਂ ਗੀ, ਜੇ ਭੇਡ ਚੱਲ ਵੀ ਗਈ ਤਾਂ ਇਹ ਅੱਛੀ ਭੇਡ ਚੱਲ ਗਈ ਹੈ, ਕਿਸੇ ਦੂਸਰੇ ਨੂੰ ਵੇਖ ਕੇ ਚੰਗਾ ਹੀ ਕੰਮ ਕਰ ਰਿਹਾ ਨਾ, ਮਾੜਾ ਤਾਂ ਨਹੀਂ ਨਾ ਕਰ ਰਿਹਾ ਜੀ। ਹਾਂਜੀ, ਕੌਮੇਡੀ ਮੈਂ ਪਹਿਲੇ ਕਹਿ ਦਿੱਤਾ ਹੈ ਤੁਹਾਡੇ ਸਵਾਲ ਤੋਂ ਪਹਿਲਾਂ ਜਵਾਬ ਦਿੱਤਾ ਕਿ ਜਦ ਤੱਕ ਹਾਲਾਤ ਨੇ, ਜਦ ਤੱਕ ਸਾਡੇ ਸਰਕਮਸਟਾਂਸਿਸ ਨੇ, ਤਾਂ ਕੌਮੇਡੀ ਵਿਲ ਬੀ ਦੇਅਰ। ਮੈਂ ਵਿੱਚ ਵਿੱਚ ਅੰਗਰੇਜ਼ੀ ਵੀ ਬੋਲ ਲੈਂਦਾ। ਤੁਸੀਂ ਡਾਕਟਰ ਹੋ, ਮੈਂ ਤੁਹਾਨੂੰ ਦੱਸਦੀ ਹਾਂ ਤੁਸੀਂ
ਅੱਛਾ ਜੀ ਬਹੁਤ ਅੱਛਾ ਫੀਲ ਹੁੰਦਾ ਹੈ। ਇੱਕ ਵਾਰੀ ਨਾ ਸਾਡੇ ਸ਼ੋਅ ਦੇ ਵਿੱਚ ਨਾ ਜੈਕੀ ਚੈਨ ਸਾਹਿਬ ਆਏ, ਇਹ ਝੱਸਣ ਵਾਲੀ ਕੋਈ ਗੱਲ ਨਹੀਂ ਯਾਰ, ਜੈਕੀ ਚੈਨ ਸਾਹਿਬ ਆ, ਜੈਕੀ ਚੈਨ ਸਾਹਿਬ ਆਏ ਅਤੇ ਮੈਂ ਨਾਂ ਠੀਕ ਪ੍ਰੋਨਾਊਂਸ ਕਰ ਰਿਹਾ ਨਾ ਜੈਕੀ ਚੈਨ, ਅਤੇ ਇਹ ਮੈਂ ਤਾਂ ਬੋਲਿਆ ਮੈਨੂੰ ਪ੍ਰੋਨਾਊਂਸ ਕਹਿਣਾ ਆਉਂਦਾ ਅਤੇ ਜੈਕੀ ਚੈਨ ਸਾਹਿਬ ਆਏ ਸਾਡੇ ਸ਼ੋਅ ਦੇ ਵਿੱਚ ਅਤੇ ਮੇਰੀ ਐਂਟਰੀ ਸੀਗੀ ਪਿੱਛੇ, ਮਤਲਬ ਮੇਰੀ ਐਂਟਰੀ ਹਾਲੇ ਹੋ ਨਹੀਂ ਸੀਗੀ ਅਤੇ ਉਹ ਅੱਗੇ ਸਾਡੇ ਨਾ ਟੇਬਲ 'ਤੇ ਨਾ ਇੱਕ ਨਾ ਉਹ ਕੈਟਲ ਪਈ ਹੁੰਦੀ ਸੀਗੀ, ਉਹ ਬੜੀ ਕਮਾਲ ਦੀ ਕੈਟਲ ਸੀਗੀ, ਜਿਸ ਤਰ੍ਹਾਂ ਨਾ ਅਸਥੈਟਿਕ ਸੈਂਸ ਦੇ ਵਿੱਚ ਉਹ ਹੈ ਵੀ ਮੈਂ ਤਾਂ ਅਤੇ ਉਹ ਅਸਥੈਟਿਕਲੀ ਬਹੁਤ ਅੱਛੀ ਲੱਗ ਰਹੀ ਸੀਗੀ ਅਤੇ ਉਹ ਰੱਖੀ ਅਤੇ ਜੈਕੀ ਚੈਨ ਇੱਦਾਂ ਬੈਠਾ, ਸੋਨੂ ਸੂਦ ਸਭ ਵੀ ਬੈਠੇ ਸੀਗੇ, ਸਾਰੇ ਮਤਲਬ ਬੈਠੇ ਸੀਗੇ ਉਹਨਾਂ ਦੇ ਜਿਹੜੇ ਗੈਸਟ ਆਏ ਅਤੇ ਉਹ ਕਹਿੰਦੇ ਗੱਲ ਚਾਈਨਾ ਤੋਂ ਸਟਾਰਟ ਹੋਈ ਵੀ ਇਸ ਤਰ੍ਹਾਂ ਹੈ ਨਾ ਵੀ ਸਾਡਾ ਇੰਡੀਆ ਬਹੁਤ ਵਧੀਆ ਹੈ, ਇੰਡੀਆ ਬਹੁਤ ਵਧੀਆ ਇੱਦਾਂ ਕਰ ਲੱਗ ਪਏ ਅਤੇ ਜੈਕੀ ਚੈਨ ਸਾਹਿਬ ਨੇ ਇੱਦਾਂ ਕੈਟਲ ਚੁੱਕੀ, ਕਹਿੰਦੇ ਉਹ ਦਿਸ ਇਜ਼ ਮੇਡ ਇਨ ਚਾਈਨਾ, ਉਹ ਚਾਈਨਾ ਦੀ ਬਣੀ ਸੀਗੀ ਅਤੇ ਸਾਰੇ ਅਸੀਂ ਤਾਂ ਸਾਰੇ ਅੰਬੈਰਸ ਅਤੇ ਉਹਨਾਂ ਨੇ ਆਪਣੇ ਵੱਲੋਂ ਪੰਚ ਮਾਰਦਾ ਹੈ ਨਾ ਅਤੇ ਮੈਂ ਪਿੱਛੇ ਨਾ ਇਸ ਤਰ੍ਹਾਂ ਜਿੱਦਾਂ ਸਕਰੀਨ ਲੱਗੀ ਨਾ ਮੈਂ ਪਿੱਛੇ ਤਾਂ ਐਂਟਰੀ ਦੇਖਦਾ ਬਾਈ ਉਹਨਾਂ ਦੀ ਵੀ ਹੋਰ ਕੀ ਕਰ ਸਕਦਾ ਕਿਉਂਕਿ ਸਾਡੀ ਇੰਗਲਿਸ਼ ਉੱਦਾਂ ਦੀ ਹੈ ਹੀ ਨਹੀਂ, ਸਾਡਾ ਤਾਂ ਬੇੜਾ ਗਰਕ ਹੋਇਆ ਪਿਆ ਨਾ ਅਤੇ ਉਹ ਹੁਣ ਮੈਂ ਕਿਹਾ ਮੇਰੀ ਐਂਟਰੀ ਸੀਗੀ ਅਤੇ ਮੇਰੀ ਐਂਟਰੀ ਐਜ਼ ਏ ਚੰਦੂ ਚਾਹ ਵਾਲਾ ਸੀਗੀ ਅਤੇ ਮੈਂ ਕਿਹਾ ਯਾਰ ਮੈਂ ਕਿੱਦਾਂ ਐਂਟਰੀ ਕਰਨੀ ਕਰਦੇ 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 ਮੇਰੇ ਕੋਲ ਮੇਰੀ ਕੈਟਲ ਪਈ ਸੀਗੀ ਅਤੇ ਉਹ ਮੈਂ ਵੇਖ ਲਿਆ ਵੀ ਇਹਨਾਂ ਨੇ ਕੈਟਲ ਦੀ ਗੱਲ ਕੀਤੀ, ਮੈਂ ਕੈਟਲ ਲੈ ਕੇ ਗਿਆ, ਮੈਂ ਕਿਹਾ ਓਏ ਹੋ 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 ਜੈਕੀ ਚੈਨ ਸਰ ਆਏ, ਸਰ ਦਿਸ ਇਜ਼ ਮੇਡ ਇਨ ਇੰਡੀਆ, ਉਹ ਕਨੈਕਟ ਕਰ ਗਈ ਗੱਲ, ਗੱਲ ਕੁਛ ਵੀ ਨਹੀਂ ਸੀਗੀ ਅਤੇ ਗੱਲ ਕਨੈਕਟ ਕਰ ਗਈ। ਤਾਂ ਤੁਹਾਡੇ ਕਹਿਣ ਦਾ ਮੇਰਾ ਜਵਾਬ ਇਹ ਹੈਗਾ ਕਿ ਉਹ ਜਦੋਂ ਤੁਹਾਨੂੰ ਭਾਸ਼ਾ ਨਾ ਆਉਂਦੀ ਹੋਏ ਫਿਰ ਤੁਸੀਂ ਉਹ ਉੱਦਾਂ ਦੀ ਕਨੈਕਟਿਵਿਟੀ ਆਪਣੇ ਆਪ ਹੀ ਲੱਭ ਲੈਂਦੇ ਹੋ ਕੌਮੇਡੀ ਦੇ ਵਿੱਚ, ਯੈਸ ਜੈਸਚਰਸ ਤੁਹਾਡੇ ਨੇ। ਅੱਛਾ ਜਿੱਥੇ ਮੇਰੀ ਪ੍ਰੋਨਾਂਸੀਏਸ਼ਨ ਗਲਤ ਹੋਏਗੀ ਨਾ, ਪ੍ਰੋਨਾਂਸੀਏਸ਼ਨ ਠੀਕ ਹੈ, ਤੁਸੀਂ ਮੈਨੂੰ ਦੱਸ ਦੇਣਾ ਠੀਕ ਹੈ ਜੀ, ਦੋ ਮਿੰਟ ਹੋਰ ਬਸ। ਅੱਛਾ ਅੱਛਾ ਨਾ ਆਪਸ 'ਚ ਗੱਲਾਂ ਕਰ ਲਓ ਯਾਰ, ਕਿੰਨੋ ਬਾਲ ਆ ਗੱਲਾਂ ਕਰੀ ਜਾਂਦਾ ਯਾਰ। ਹਾਂਜੀ ਯਾਰ ਕਿੰਨੋ ਬਾਲ, ਹਾਂਜੀ ਨਹੀਂ, ਅਸੀਂ ਨੈਚੁਰਲ ਕਰਦੇ ਹਾਂ, ਬਿਲਕੁਲ ਕਰਦੇ ਹਾਂ, ਨਹੀਂ ਸਕ੍ਰਿਪਟਡ ਵੀ ਹੁੰਦਾ। ਦੇਖੋ ਕੋਈ ਵੀ ਚੀਜ਼ ਹੈ ਜਿਹੜੀ ਟੈਲੀਵਿਜ਼ਨ 'ਤੇ ਆ ਰਹੀ ਹੈ, ਰੌਲਾ ਕੌਣ ਪਾ ਰਿਹਾ ਹੈ, ਇਹ ਮੈਂ ਤੁਹਾਨੂੰ ਫੀਲ ਦਿੱਤਾ ਜਿੰਨਾ ਕਲਾਸਾਂ 'ਚ ਟੀਚਰ ਪੁੱਛਦੇ ਹੁੰਦੇ ਨਾ, ਇਹ ਕੌਣ ਰੌਲਾ ਪਾ ਰਿਹਾ ਪਿੱਛੇ। ਅੱਛਾ ਇਹ ਮੈਂ ਗੱਲ ਕਰ ਰਿਹਾ ਸੀਗਾ ਕਿ ਜਿਸ ਤਰ੍ਹਾਂ ਕੀ ਗੱਲ, ਸਵਾਲ ਕੀ ਪੁੱਛਿਆ, ਧਿਆਨ ਉੱਧਰ ਚਲਾ ਗਿਆ, ਸੋਰੀ ਜੀ ਜੀ, ਆਜੋ ਆਜੋ ਹਿੰਦੀ ਆਓ ਜੀ ਜੀ ਜੀ, ਨੈਚੁਰਲ ਬਿਲਕੁਲ। ਤੋ ਹਾਂ ਵੋ ਥਾ ਕਿ ਤੋ ਉਸਮੇ ਕਿਆ ਹੋਤਾ ਹੈ ਕਿ ਯਾਰ ਥੈਂਕ ਯੂ ਸੋ ਮਚ।
पता क्या बात है कि जब आप मुझसे जिस लैंग्वेज में सवाल पूछेंगे ना, तो एक्शन क्या क्या कह रहे हैं, टू एवरी एक्शन देयर इज इक्वल एंड ऑपोजिट रिएक्शन. आई थिंक दिस इज न्यूटन्स थर्ड लॉ ना. तो वो मैं हूं, तो जब आप मुझसे हिंदी में पूछेंगे तो मैं हिंदी में जवाब दूंगा. तो जब भी नहीं नहीं हिंदी नहीं खत्म, मैं उसको वो ट्रांसलेट कर रहा था. अच्छा तो प्रोसेसिंग हो रही थी. तो ये जो है हम नेचुरल करते हैं, ऐसा नहीं है. कोई भी चीज़ आप जब टेलीविज़न पे देखते हैं, सिनेमा में देखते हैं, कोई भी जब एग्जीक्यूशन होती है ना किसी भी चीज़ की, तो वो उसका एक स्ट्रक्चर होता है प्रॉपर. तो जब उसका स्ट्रक्चर होगा तो इट मीन्स कि उसकी स्क्रिप्ट होगी, सारा कुछ होगा, उसकी रिहर्सल्स भी होंगी, है ना, चाहे वो फिल्म बनती है, चाहे वो टीवी सीरियल बन रहा है. तो वो क्या है कि वो सारा स्क्रिप्टेड होता है. लेकिन जो हमारा शो है ये, दिस इज 14 कैम शूट. 14 कैम मतलब 14 कैमरे लगे होते हैं. तो 14 कैमरे एक साथ चलते हैं और ऑनलाइन एडिटिंग हो रही होती है. तो जब एक साथ चलते हैं ना, उसमें कट नहीं होता, चल रहा होता है. तो हम जब स्क्रिप्ट करते करते, हम स्क्रिप्ट परफॉर्म कर रहे हैं, करते करते कोई बात आ गई है, मुझे किसी ने बोल दिया, मैंने उसको बोल दिया, तो वो अगर फूट गया तो वो रख लेते हैं. जैसे मुझे अभी ना अनकट उसमें शो हो रहा था रील में, तो मैं वहाँ पर खड़ा हूँ, विक्की कौशल साहब और सुजीत सरकार सर जी बैठे हुए थे, तो कृष्णा अमिताभ बच्चन बना हुआ था. तो वो अमिताभ बच्चन साहब की ऐसे मिमिक्री कर रहा था, तुम एक बार ऐसे नहीं कर सकते. फिर मैं उधर खड़ा हूं, मैं कहता तुमने यारी हिम्मत कैसे हुई, तुमने ऐसे कर दिया. तो फिर उधर गया, तुमने ऐसे कैसे कह दिया. मैं कहा भाई साहब रिक्शा करवा लो, तुम कभी पैदल उधर जा रहे, कभी पैदल इधर आ रहे. तो इट वॉज ऑन द स्पॉट. तो वो उन्होंने रख लिया और वो बहुत वायरल हुआ. तो ये हम रखते हैं. और जो ऐसे आता है ना, जो ऑन द स्पॉट चीज़ आती है आपको, उसकी वैल्यू भी ज़्यादा होती है वो, और वो ज़्यादा ऑथेंटिक लगता है. थैंक यू. हाँ जी अगला सवाल. जितना दो तुम चंगा लगता. माय एक्चुअली आई प्रेफर माई सेल्फ फर्स्ट. Either it is OTT or television. हाँ जी हाँ जी हाँ जी बिल्कुल. उहदा कारण मैं दसदा ना, क्योंकि जदों तुहाडे हाथ च चीज़ आ जाती है ना, फिर तुसीं वो बादशाह बन जाते हो उस चीज़ के. ते हुण जिहड़ा एंटरटेनमेंट ना, अज तो तुसीं 10 साल पहलां देखो, एंटरटेनमेंट तुहाडे हाथ च नहीं सी, तुहाडे हाथ च नहीं सीगा, हुण तुहाडे हाथ विच आ गया है. तो इस करके एंटरटेनमेंट की वो वैल्यू भी नहीं रही जो पहलां हुंदी सीगी. नहीं तो पहलां कोई स्टार जिहड़ा आंदा सी ना, उहदा ओवर एक्सपोज नहीं सी हुंदा, तो उहदी वैल्यू बहुत ज़्यादा हुंदी सीगी. हुण ना स्टार कदी रीलां बनांदे, कदी कुछ करदे 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 ना, उस तरह की उहदी वैल्यू रह गई. इसलिए जड़ा जदों टेलीविज़न ते ना, जदों साडा शो आंदा सी अज तो 10 साल पहला, तो असी टीवी ते जदों शो आंदा सी 9 बजे स्टार्ट हुंदा सी, 9:30 बजे, तो सारी फैमिली मतलब वो जे मान लो कोई फैक्ट्री च काम करता है जां कोई किते होर काम करता, फटाफट घर पहुँचना हुंदा, नहीं 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 यार मैं स्टार्ट देखना स्टार्ट देखना स्टार्ट देखना, तो सारे आके बैठ के देखते सीगे. एक टाइम हुंदा हुण OTT ते आंदा पिया, बंदा कहिंदा फैक्ट्री च कहिंदा देख लांगे कोई गल नहीं, तो बाद च हुण कल्ला कल्ला देखदा है ना, तो कल्ले नाल वो हासा भी नहीं आंदा, क्योंकि हादसे को देख के हादसा क्रिएट होंदा है.
ਹੁਣ ਮੈਂ ਇਹ ਗੱਲਾਂ ਦੋ ਤਿੰਨ ਬੰਦਿਆਂ ਸਾਹਮਣੇ ਕਰੀ ਜਾਊਂਗਾ ਨਾ, ਕਿਸੇ ਨੇ ਨਹੀਂ ਹੱਸਣਾ, ਕਹਿੰਦਾ ਯਾਰ ਕੀ ਬੋਰਿੰਗ ਬੰਦੇ ਨੂੰ ਬੁਲਾ ਲਿਆ ਤੁਸੀਂ। ਹੁਣ ਇਹ ਬਿਲਕੁਲ ਮਜ਼ਾ ਜਿਹਾ ਕਿ ਸੱਥ ਜਿਹਾ ਕ੍ਰੀਏਟ ਹੋਇਆ ਪਿਆ ਹੈ ਨਾ, ਮਹਿਫਲ 'ਚ ਲੱਗੀ ਪਈ, ਇਸ ਕਰਕੇ ਮਜ਼ਾ ਆ ਰਿਹਾ ਹੈ। ਇਸ ਕਰਕੇ ਉਹਦੀ ਵੈਲਿਊ ਹੁਣ ਉਨੀ ਨਹੀਂ ਰਹੀ ਮੇਰੇ ਹਿਸਾਬ ਦੇ ਨਾਲ ਜੋ ਪਹਿਲਾਂ ਸੀਗੀ। ਹੁਣ ਤੁਸੀਂ ਲਾਈਕ ਕਰੈਕਟਰਸ ਤੋਂ ਬਾਅਦ, ਚੰਦੂ ਐਂਡ ਰਾਜੂ ਤੋਂ ਬਾਅਦ, ਹੁਣ ਤੁਸੀਂ ਕਿਹੜਾ ਕਰੈਕਟਰ ਲਾਈਕ ਜਿਹਨੂੰ ਐਕਸਪੀਰੀਅੰਸ ਕਰੋਗੇ ਜਾਂ ਕਰਨਾ ਚਾਹੁੰਦੇ ਹੋ? ਇਹ ਨਹੀਂ ਮੈਂ ਦੱਸਣਾ, ਇਹ ਮੈਂ ਥੋੜ੍ਹਾ ਜਿਹਾ ਆਈਡੀਆ, ਮੈਂ ਬਿਲਕੁਲ ਹਾਲੇ ਥੋੜ੍ਹਾ ਜਿਹਾ ਮੈਂ ਚੰਦਨ ਪ੍ਰਭਾਕਰ ਹਾਂ, ਔਰ ਮੈਂ ਜੋ ਵੀ ਕਰੈਕਟਰ ਕੀਤੇ ਨੇ ਟੈਲੀਵਿਜ਼ਨ 'ਤੇ, ਉਹ ਟੱਚਵੁੱਡ ਮੈਨੂੰ ਬਹੁਤ ਪਿਆਰ ਕੀਤਾ ਤੁਸੀਂ ਲੋਕਾਂ ਨੇ, ਤੁਸੀਂ ਬਣਾਇਆ ਸਾਰਿਆਂ ਨੇ, ਚਾਹੇ ਉਹ ਮੈਂ ਚੰਦੂ ਕੀਤਾ, ਚਾਹੇ ਰਾਜੂ ਕੀਤਾ, ਚਾਹੇ ਚੰਦੂ ਦੀ ਮੰਮੀ ਕੀਤੀ ਹੈ ਚਾਂਦਨੀ ਦੀ, ਹੈ ਨਾ, ਜਿਹੜੀ ਕਹਿੰਦੀ ਵੇ ਬਾਤ ਸੁਣ ਮੇਰੀ, ਚਾਹੇ ਉਹ ਮੈਂ ਸ਼ਕਾਲ ਕੀਤਾ ਹੈ, ਵੈਲਕਮ ਮਾਈ ਫ੍ਰੈਂਡ। ਤੋ ਇੱਕ ਮੈਂ ਕਰੈਕਟਰ ਕੀਤਾ ਸੀਗਾ ਉਹਦੇ 'ਚ, ਇੱਕ ਬੁੱਢੇ ਵਾਲਾ ਕਰੈਕਟਰ ਕੀਤਾ ਸੀ, ਪਤਾ ਨਹੀਂ ਤੁਹਾਨੂੰ ਯਾਦ ਕਿ ਨਹੀਂ ਯਾਦ, ਯਾਦ ਆ? ਹਾਂ, ਮੈਂ ਨਾ ਸੋਨਾ ਮਲਿਕਾ ਹੀ ਹੈ, ਤੋ ਯੇ ਵਾਲਾ ਕਰੈਕਟਰ ਥਾ। ਤੋ ਮਤਲਬ ਜੋ ਵੀ ਮੈਨੇ ਕੀਆ ਹੈ ਵੋ ਮੈਨੇ ਬੜੀ ਲੋਇਲਟੀ ਕੇ ਸਾਥ ਕੀਆ ਹੈ, ਔਰ ਆਪ ਲੋਗੋਂ ਕੀ ਪਿਆਰ ਕੀ ਵਜਹ ਸੇ ਮੈਂ ਆਜ ਬਨਾ ਹੂੰ। ਤੋ ਮੈਨੇ ਅਬ ਮੈਂ ਚਾਹਤਾ ਹੂੰ ਕਿ ਯਾਰ ਆਈ ਮਸਟ ਨਾਟ ਬੀ ਟੈਗਡ ਵਿਦ ਓਨਲੀ ਵਨ ਥਿੰਗ। ਤੋ ਮੈਂ ਕੁਛ ਆਪਣੀ ਜੋ ਵੀ ਔਰ ਮੈਂ ਵੋ ਕਰਨਾ ਚਾਹਤਾ ਹੂੰ ਕਿ ਮੇਰੀ ਜੋ ਐਨਰਜੀ ਹੈ ਮੈਂ ਉਸਕੋ ਔਰ ਵੀ ਕਹੀਂ ਲੇਕਰ ਜਾਊਂ, ਕਿ ਔਰ ਮੈਂ ਕਿਆ ਕਰ ਸਕਤਾ ਹੂੰ। ਹਾਂਜੀ ਜਲਦੀ ਆ ਰਹਾ, ਪਹਿਲੇ ਜੇ ਖੁਜਾ ਲਓ ਆਪ ਫਿਰ ਬਾਤ ਕਰ ਲੈ। ਇਹ ਤਾਂ ਇੱਦਾਂ ਜਿੱਦਾਂ ਚਾਚੇ ਦਾ ਮੁੰਡਾ ਨਹੀਂ ਸਾਹਮਣੇ ਬੈਠਾ, ਮੂੰਹ ਪੇ ਕਦੋਂ ਆ ਰਿਹਾ ਤੂੰ? ਖੈਰ ਮੈਂ ਜਲਦੀ ਆਊਂਗਾ, ਜਲਦੀ, ਬਹੁਤ ਵੈਰੀ ਸੂਨ, ਸੂਨਰ ਦੈਨ ਸੂਨ। ਸਰ ਜਿੱਦਾਂ ਤੁਸੀਂ ਕਿਹਾ ਹੈ ਨਾ ਕਿ ਮੈਂ ਚੰਦਨ ਹਾਂ, ਕਦੀ ਤੁਹਾਨੂੰ ਤੁਹਾਡੀ ਫੀਲਡ ਕਰਕੇ ਸਾਹਮਣੇ ਵਾਲਾ ਕਦੀ ਲਾਈਟ ਲੈ ਕੇ ਜਾਂਦਾ ਜਾਂ ਤੁਹਾਡਾ ਮੂਡ ਨਹੀਂ ਹੈ? ਹੈ ਨਾ, ਅਫਕੋਰਸ ਸਾਡੇ ਫੇਜਿਸ ਹੁੰਦੇ ਆ ਡੇਲੀ ਲਾਈਫ ਦੇ, ਕਦੀ ਤੁਹਾਡਾ ਮੂਡ ਨਹੀਂ ਹੈ ਹੱਸਣ ਦਾ ਜਾਂ ਹਸਾਉਣ ਦਾ, ਤੁਹਾਨੂੰ ਸਾਹਮਣੇ ਵਾਲਾ ਕਦੀ ਫੋਰਸ ਕਰਦਾ ਜਾਂ ਤੁਹਾਨੂੰ ਲਾਈਟ ਹੀ ਲੈਂਦਾ, ਫਿਰ ਤੁਸੀਂ ਰਿਐਕਟ ਕੀ ਕਰਦੇ ਹੋ? ਮਤਲਬ ਫਿਰ ਦੁਬਾਰਾ ਬੋਲੋ ਕੀ ਕਹਿ ਰਹੇ ਹੋ? ਜਿੱਦਾਂ ਕਿ ਅਫਕੋਰਸ ਹੈ ਨਾ, ਮੈਂ ਫੋਰ ਐਗਜ਼ਾਮਪਲ ਮੈਂ ਹਾਂ, ਹੈ ਨਾ, ਮੈਂ ਤੁਹਾਨੂੰ ਫੋਰਸ ਕਰੇ ਕਿ ਨਹੀਂ ਵੀ ਤੁਸੀਂ ਕਾਮੇਡੀ ਕਰੋ? ਮੈਂ ਫੋਰਸ ਹੋ ਜਾਵਾਂਗਾ, ਨਹੀਂ ਜੇ ਤਾਂ ਤੁਸੀਂ ਹੋ ਤਾਂ ਫਿਰ ਹੋ ਜਾਵਾਂਗਾ। ਜੇ ਉਹ ਮੇਰਾ ਭਰਾ ਜਿਹੜਾ ਮੈਨੂੰ ਪੁੱਛਦਾ ਮੂਵੀ ਮੈਂ ਕਬ ਆ ਰਿਹਾ, ਤਾਂ ਫਿਰ ਮੈਂ ਕਹਿੰਦਾ ਯਾਰ ਮੇਰੀ ਗੱਲ ਸੁਣ, ਜਦੋਂ ਮੈਂ ਆਉਣਾ ਮੈਂ ਆ ਜਾਵਾਂਗਾ, ਤੂੰ ਆਪਣਾ ਕੰਮ ਕਰ। ਨਹੀਂ ਐਸੀ ਬਾਤ ਨਹੀਂ ਹੈ, ਸੋਰੀ ਯਾਰ, ਮਾਇੰਡ ਨਹੀਂ ਕਰਨਾ ਹੈ, ਮੈਂ ਥੋੜ੍ਹਾ ਥੋੜ੍ਹਾ ਵਿੱਚ ਮੈਂ, ਪਤਾ ਕਿਆ ਹੋਤਾ ਹੈ ਜਬ ਹਮਾਰਾ ਮੂਡ ਨਹੀਂ ਹੋਤਾ ਨਾ, ਤੋ ਜਿਤਨਾ ਹਮਨੇ ਯੇ ਜੋ ਸਟੇਜ ਪੇ ਐਕਸਪੀਰੀਅੰਸਿਸ ਲੀਏ ਹੈ ਨਾ ਚੀਜ਼ੋਂ ਕੇ, ਤੋ ਹਮੇ ਪਤਾ ਚਲ ਜਾਤਾ ਹੈ ਯਾਰ ਸਾਹਮਣੇ ਵਾਲੇ ਕਾ ਜੋ ਮੈਂਟਲ ਲੈਵਲ ਹੈ ਵੋ ਹਮਾਰੇ ਸਾਥ ਮੈਚ ਨਹੀਂ ਹੋ ਸਕਤਾ, ਅਗਰ ਮੈਚ ਹੋ ਜਾਤਾ ਤੋ ਵੋ ਆਜ ਹਮਾਰੇ ਸਾਥ ਸਟੇਜ ਪੇ ਖੜਾ ਹੋਤਾ। ਤੋ ਵੋ ਨਹੀਂ, ਵੋ ਉਸਕੀ ਗਲਤੀ ਨਹੀਂ ਹੈ, ਹੱਸਣੇ ਵਾਲੀ ਬਾਤ ਨਹੀਂ, ਉਸਕੀ ਗਲਤੀ ਨਹੀਂ ਹੈ ਕਿ ਯਾਰ ਉਸਕਾ ਪ੍ਰੋਫੈਸ਼ਨ ਹੀ ਨਹੀਂ ਹੈ, ਉਸਕੋ ਪਤਾ ਹੀ ਨਹੀਂ ਬੇਚਾਰੇ ਕੋ। ਤੋ ਹਮੇ ਫਿਰ ਫਟਾਫਟ ਸੇ ਉਸਕੇ ਲੈਵਲ ਪੇ ਆਨਾ ਪੜਤਾ ਹੈ, ਫਿਰ ਉਹ ਫੇਕ ਸਮਾਈਲ ਦੇਣੀ ਪੜਦੀ ਹੈ, ਹਾਂਜੀ ਹਾਂਜੀ ਭਾਜੀ ਬਸ ਐਸੇ ਹੀ ਹੈ ਜੀ, ਯਾਰ ਕਦੋਂ ਜਾਣਾ ਇਹਨੇ, ਅਤੇ ਉਹ ਮਤਲਬ ਲੇਕਿਨ ਉਸਕੋ ਮੂੰਹ ਪਰ ਨਹੀਂ ਬੋਲੇਂਗੇ ਹਮ, ਉਸਕਾ ਕਾਰਨ ਇਹ ਹੈ ਕਿ ਯਾਰ ਉਹ ਗੁੱਸਾ ਹੋ ਜਾਏਗਾ, ਉਹ ਮਾਇੰਡ ਕਰ ਜਾਏਗਾ, ਉਹ ਪਤਾ ਨਹੀਂ ਮੇਰਾ ਕਿੰਨਾ ਬੜਾ ਫੈਨ ਹੋ, ਤੋ ਮੈਂ ਉਸਕੋ ਬੋਲੂੰ ਯਾਰ ਭਾਈ ਤੰਗ ਮਤ ਕਰੋ, ਤੋ ਵੋ ਫਿਰ ਉਹ ਮੈਂ ਵੋ ਉਤਨਾ ਮੈਂ ਹਾਰਸ਼ ਨਹੀਂ ਹੋਣਾ ਚਾਹਤਾ ਕਿਸੀ ਕੇ ਸਾਥ ਹਾਰਸ਼। ਹਾਂਜੀ ਅੱਜ ਦੇਖ ਲਓ ਮੈਨੇ ਕਿਤਨੇ ਵਰਡ ਇੰਗਲਿਸ਼ ਮੇ ਬੋਲੇ, ਜ਼ੋਰਦਾਰ ਤਾਲੀਆਂ ਮੇਰੇ ਲਈ। ਹਾਂਜੀ ਹਾਲੀਵੁੱਡ
ਬੜੀ ਜਲਦੀ ਜਾਊਂਗਾ, ਕੋਈ ਬਾਤ ਨਹੀਂ, ਬਹੁਤ ਜਲਦੀ। ਹਾਂਜੀ ਸਰ, ਹੈ ਪਹਿਲੇ ਚਾਹੇ, ਹਾਂ ਪਹਿਲੇ ਚਾਹੇ ਖਤਮ ਹੋ ਜਾਏ। ਸਰ, ਜਿੱਦਾਂ ਐਕਟਿੰਗ ਲਈ ਥੀਏਟਰ ਐਂਡ ਲਿਟਰੇਚਰ ਬਹੁਤ ਇੰਪੋਰਟੈਂਟ ਹੈ, ਉੱਦਾਂ ਕਾਮੇਡੀ ਲਈ ਕਿਹੜੀ ਇੱਦਾਂ ਦੀ ਚੀਜ਼ ਹੈ ਜੋ ਪੜ੍ਹਨੀ ਜਾਂ ਪ੍ਰੈਕਟਿਸ ਕਰਨੀ ਬਹੁਤ ਜ਼ਰੂਰੀ ਹੈ? ਆਪਕਾ ਨਾ ਆਪਕਾ ਸੱਚ ਬੋਲਣਾ ਬਹੁਤ ਜ਼ਰੂਰੀ ਹੈ, ਆਪਕਾ ਸੋਸਾਇਟੀ ਮੇਂ ਰਹਿਣਾ ਬਹੁਤ ਜ਼ਰੂਰੀ ਹੈ, ਆਪਕਾ ਆਪਣੀ ਫਰੀਡਮ ਕੋ ਕਿਲ ਕਰਨਾ ਬਹੁਤ ਜ਼ਰੂਰੀ ਹੈ। ਸੱਚ ਬੋਲੇਂਗੇ ਤੋ ਆਬਵੀਅਸਲੀ ਆਡੀਅੰਸ ਅਫੈਂਡ ਨਹੀਂ ਹੋਤੀ? ਆਪਕਾ ਸੋਰੀ, ਅਗਰ ਸੱਚ ਬੋਲੋਗੇ ਤੋ ਆਡੀਅੰਸ ਅਫੈਂਡ ਨਹੀਂ ਹੋਏਗੀ? ਨਹੀਂ, ਵੋ ਤਬ ਆਡੀਅੰਸ, ਦੇਖੋ ਸਟੇਜ ਪੇ ਕਾਮੇਡੀ ਔਰ ਹੋਤੀ ਹੈ, ਨੀਚੇ ਕਾਮੇਡੀ ਔਰ ਹੋਤੀ ਹੈ। ਜਬ ਹਮ ਜਬ ਹਮੇ ਪਤਾ ਹੀ ਨਹੀਂ ਥਾ ਕਿ ਯਾਰ ਯੇ ਇੱਕ ਪ੍ਰੋਫੈਸ਼ਨ ਵੀ ਹੋ ਸਕਤਾ ਹੈ, ਤੋ ਹਮ ਨੀਚੇ ਸਟੇਜ ਪੇ ਕਭੀ ਮੈਨੇ ਆਪਣੇ ਫਰੈਂਡਸ ਕੋ ਕੁਛ ਬੋਲ ਦੇਣਾ, ਕਭੀ ਉਸਨੇ ਮੁਝੇ ਬੋਲ ਦੇਣਾ, ਤੋ ਵੋ ਕਾਮੇਡੀ ਕ੍ਰੀਏਟ ਹੋਤੀ ਰਹਤੀ ਹੈ ਉਸਮੇ ਸੇ। ਲੇਕਿਨ ਜਬ ਆਪ ਸਟੇਜ ਪੇ ਆ ਜਾਤੇ ਹੈ, ਫਿਰ ਆਪਕਾ ਇੱਕ ਪ੍ਰੋਫੈਸ਼ਨ ਬਣ ਜਾਂਦਾ, ਫਿਰ ਉਸਮੇ ਇੱਕ ਆਪਕੋ ਬਾਉਂਡਰੀ ਕ੍ਰੀਏਟ ਕਰਨੀ ਪੈਂਦੀ ਹੈ, ਪੜ੍ਹਦੇ ਨਾ, ਤੋ ਵੋ ਬਾਉਂਡਰੀ ਕ੍ਰੀਏਟ ਕਰੇਂਗੇ ਆਪ, ਵੋ ਵਿਦ ਇਨ ਦਾ ਆਪ ਲਿਮਿਟ ਰਹੇਗੇ, ਤੋ ਤਭੀ ਵੋ ਚੀਜ਼ਾਂ ਅੱਛੀ ਲੱਗਤੀ ਹੈ। ਤੋ ਆਪਕਾ ਸੋਸਾਇਟੀ ਮੈਂ ਜਿਹਨੂੰ ਕਹਿੰਦੇ ਨਾ ਸੋਸਾਇਟੀ 'ਚ ਵਿਚਰਨਾ ਬੜਾ ਜ਼ਰੂਰੀ ਹੈ, ਤੋ ਉਹ ਬਹੁਤ ਜ਼ਰੂਰੀ ਹੈ ਤੁਹਾਨੂੰ ਕੌਮੇਡੀ, ਕਿਉਂਕਿ ਤੁਸੀਂ ਹੁਣ ਸੋਸਾਇਟੀ, ਮੰਨ ਲਓ ਸਪੋਜ਼ ਮੇਰਾ ਗੋਲ ਗੱਪੇ ਖਾਣ ਨੂੰ ਜੀ ਕਰਦਾ ਪਿਆ, ਤਾਂ ਮੈਂ ਗੱਡੀ 'ਚ ਬੈਠਾ, ਨਹੀਂ ਯਾਰ ਗੋਲ ਗੱਪੇ ਨਹੀਂ ਖਾਣ ਜਾਣਾ, ਬਾਹਰ ਲੋਕ ਮੈਨੂੰ ਵੇਖ ਲੈਣਗੇ, ਤਾਂ ਫਿਰ ਕੀ ਵੇਖ ਲੈਣਗੇ, ਤੇ ਖੋ ਥੋੜ੍ਹੀ ਲੈਣਗੇ ਮੇਰੇ ਕੋਲ, ਤੂੰ ਗੋਲ ਗੱਪੇ ਕੋ ਖਾਣ ਡਿਆ, ਉਹ ਮੈਂ ਗੋਲ ਗੱਪੇ ਵੇਖੂੰਗਾ, ਉਹ ਗੋਲ ਗੱਪੇ ਕਿੱਦਾਂ ਬਣਾਉਣ ਡਿਆ, ਫਿਰ ਕਿੱਥੇ ਇੱਦਾਂ ਦਾ ਕਰਨ ਡਿਆ, ਕਿੱਥੇ ਇੱਦਾਂ ਦਾ ਕਰਨ ਡਿਆ, ਇਹ ਦੇਖੋ ਇਹ ਗੱਲਾਂ ਆਪਾਂ ਦੇਖਦੇ ਹਾਂ, ਮੈਂ ਗੱਲ ਕੀਤੀ ਅਤੇ ਹੱਸਾ ਨਿਕਲਣਾ ਸ਼ੁਰੂ ਹੋ ਗਿਆ। ਸੋ ਦਿਸ ਇਜ਼ ਵੈਰੀ ਇੰਪੋਰਟੈਂਟ ਟੂ ਬੀ ਇਨ ਦਾ ਸੋਸਾਇਟੀ, ਜੇ ਤੁਸੀਂ ਕੌਮੇਡੀ ਕਰਨਾ ਚਾਹੁੰਦੇ ਹੋ ਤਾਂ। ਜੀ ਸਰ, ਜੋ ਤੁਸੀਂ ਸੋਚਿਆ ਸੀ ਹੈ ਨਾ ਆਪਣੇ ਡ੍ਰੀਮਸ ਬਾਰੇ, ਐਂਡ ਜੇ ਸੋਚਦੇ ਹੋ ਤੁਸੀਂ, ਉਹ ਅਚੀਵ ਕਰ ਲਿਆ ਜੋ ਤੁਸੀਂ ਸੋਚਿਆ ਸੀ? ਮੈਂ ਸੋਚਿਆ ਕੁਛ ਨਹੀਂ ਸੀ, ਇਹ ਫੈਕਟ ਹੱਸਣ ਵਾਲੀ ਕੋਈ ਗੱਲ ਨਹੀਂ। ਨਹੀਂ ਨਹੀਂ ਦੇਖੋ, ਜੇ ਤੁਸੀਂ ਸੋਚਦੇ ਹੋ ਨਾ ਤਾਂ ਉਹ ਕਦੀ ਵੀ ਨਹੀਂ ਹੁੰਦਾ, ਦੇਰ ਇਜ਼ ਨੋ ਗੋਲ। ਇੱਕ ਮੇਰੀ ਗੱਲ ਯਾਦ ਰੱਖਣਾ, ਯੂਅਰ ਜਰਨੀ ਇਜ਼ ਯੂਅਰ ਗੋਲ। ਉਸ ਜਰਨੀ ਨੂੰ ਜਿੱਦਾਂ ਤੁਸੀਂ ਆਪਣਾ ਗੋਲ ਬਣਾ ਲਿਆ ਨਾ, ਤੁਸੀਂ 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 ਹਮੇਸ਼ਾ ਖੁਸ਼ ਰਹੋਗੇ। ਬਟ ਇਫ ਯੂ ਆਰ ਥਿੰਕਿੰਗ ਅ ਗੋਲ ਇਨ ਯੂਅਰ ਮਾਇੰਡ, ਅਤੇ ਫਿਰ ਜਰਨੀ ਤੈਅ ਕਰ ਰਹੇ ਹੋ, ਉਹ ਗੋਲ ਕਦੀ ਵੀ ਨਹੀਂ ਆਉਣਾ, ਤੁਸੀਂ ਫਰਸਟ੍ਰੇਟ ਹੋ ਜਾਓਗੇ। ਉਹ ਗੋਲ ਜਿਹੜੀ ਹੈ ਤੁਹਾਡੀ ਜਰਨੀ ਹੈ, ਉਹਨੂੰ ਇੰਜੋਏ ਕਰੋ, ਉਹਨੂੰ ਦੇਖੋ, ਜੋ ਉਹਨੂੰ ਇੰਜੋਏ ਕਰਦੇ ਜਾਓਗੇ ਤੁਹਾਨੂੰ ਮਜ਼ਾ ਆਉਂਦਾ ਜਾਏਗਾ, ਔਰ ਹਰ ਮੂਮੈਂਟ ਤੁਹਾਡਾ ਗੋਲ ਬਣ ਜਾਏਗਾ, ਹੈ ਕਿ ਨਹੀਂ? ਆ ਤਾਲੀਆਂ ਮਾਰੋ। ਅਜੇ ਜੀ ਮੈਂ ਤੁਹਾਡਾ ਟਾਈਮ ਲੈ ਲਿਆ ਜ਼ਿਆਦਾ, ਅਤੇ ਗੱਲਾਂ ਵੀ ਮੈਂ ਪਤਾ ਨਹੀਂ ਕਿੱਦਾਂ ਨਹੀਂ ਕਰਦਾ ਪਿਆ। ਐਂਡ ਜੇ ਆਪਾਂ, ਓਕੇ ਯੂ ਹੈਵ ਕੁਐਸਚਨਸ, ਲਾਸਟ ਕੁਐਸਚਨ ਫਰੋਮ ਮਾਈ ਸਾਈਡ, ਓਕੇ। ਥੈਂਕ ਯੂ ਸੋ ਮਚ। ਕਿਆ ਬਾਤ ਹੈ, ਸੋ ਸਵੀਟ ਆਫ ਯੂ। ਨਹੀਂ ਜੀ ਮੈਂ ਬਿਲਕੁਲ, ਮੈਂ ਤੁਹਾਨੂੰ ਹੁਣੇ ਕਿਹਾ ਵੀ ਮੈਂ ਕੁਝ ਵੀ ਨੈਕਸਟ ਮੂਮੈਂਟ ਜੋ ਵੀ ਹੁੰਦਾ ਮੈਂ ਕਦੀ, ਕਿਉਂਕਿ ਪਲੈਨਿੰਗਸ ਵਾਲੀਆਂ ਚੀਜ਼ਾਂ ਕਦੀ ਵੀ ਮਜ਼ਾ ਨਹੀਂ ਦਿੰਦੀਆਂ ਤੁਹਾਨੂੰ। ਮੈਂ ਤੁਹਾਨੂੰ ਇਹਦੀ ਇਗਜ਼ਾਮਪਲ ਦਿੰਦਾ, ਬੜੀ ਵਧੀਆ, ਬੜੀ ਇੱਕ ਤੁਸੀਂ ਰਿਲੇਟ ਕਰੋਗੇ ਇਸ ਇਗਜ਼ਾਮਪਲ ਨੂੰ, ਕਿ ਜਿਹੜੀਆਂ ਜਿਹੜੇ ਟਰੈਵਲਸ ਤੁਹਾਡੇ ਨੇ, ਜਿਹੜੇ ਪਲੈਨਡ ਹੁੰਦੇ ਨੇ ਨਾ, ਉਹ ਤੁਹਾਨੂੰ ਕਦੀ ਵੀ ਮਜ਼ਾ ਨਹੀਂ ਦਿੰਦੇ, ਜਿਹੜੇ ਤੁਸੀਂ ਪਲੈਨ ਕਰਕੇ ਜਾਂਦੇ ਹੋ। ਜਦੋਂ ਅਨਪਲੈਨਡ ਚੀਜ਼ਾਂ ਹੋ ਜਾਂਦੀਆਂ, ਉਹ ਯਾਰ ਆ ਕੀ ਹੋ ਗਿਆ। ਜਿਵੇਂ ਅੱਜ ਤੋਂ ਕੋਈ 10-15 ਸਾਲ ਪਹਿਲਾਂ ਉਹ ਚੱਲਦੇ ਹੁੰਦੇ ਸੀ, ਰੇਡੀਓ ਚੱਲਦੇ ਹੁੰਦੇ ਸੀ, ਅਤੇ ਫਿਰ ਉਹਦੇ ਬਾਅਦ ਕੈਸੇਟਸ ਆਈਆਂ, ਅਤੇ ਕੈਸੇਟ ਮੰਨ ਲਓ ਇੱਕ ਪਿਕਚਰ ਸੀਗੀ ਸਾਜਨ, ਉਹਦੀ ਕੈਸੇਟ ਆ ਗਿਆ, ਅਤੇ ਮੈਨੂੰ ਪਤਾ ਸੀਗਾ ਨੈਕਸਟ ਗਾਣਾ ਕੀ ਹੈਗਾ, ਅਤੇ ਮੈਨੂੰ ਉਸ ਗਾਣੇ ਦਾ ਮਜ਼ਾ ਨਹੀਂ ਸੀ ਆਉਂਦਾ। ਅਤੇ ਜਿਹੜਾ ਰੇਡੀਓ ਸੀ ਨਾ, ਰੇਡੀਓ ਦੇ ਵਿੱਚ ਨੈਕਸਟ ਗਾਣਾ ਕਿਹੜਾ ਤੁਹਾਨੂੰ ਪਤਾ ਨਹੀਂ ਸੀ ਹੁੰਦਾ, ਇਸ ਕਰਕੇ ਤੁਹਾਨੂੰ ਹਰ ਗਾਣੇ ਦਾ ਸਵਾਦ ਆਉਂਦਾ ਸੀਗਾ। ਅਤੇ ਲਾਈਫ ਸ਼ੁੱਡ ਨੋਟ ਬੀ, ਕੀ ਕਹਿੰਦੇ ਨੇ, ਪ੍ਰੀਡਿਕਟੇਬਲ ਨਹੀਂ ਹੋਣੀ ਚਾਹੀਏ, ਇਹ ਅਨਪ੍ਰੀਡਿਕਟੇਬਲ ਹੋਣੀ ਚਾਹੀਦੀ, ਠੀਕ ਹੈ?
ਇਸ ਲਈ ਮਜ਼ਾ ਕਰੋ, ਡੋਂਟ ਪਲੈਨ ਦਾ ਥਿੰਗਸ, ਪਲੈਨਿੰਗਸ ਜਿਹੜੀਆਂ ਨੇ ਇਹ ਤੁਹਾਡੀ ਇੰਜੋਇਮੈਂਟ ਨੂੰ ਕਿਲ ਕਰ ਦੇਣਗੀਆਂ। ਇਹ ਐਡਵੈਂਚਰ ਹੈ ਨਾ ਜਿੱਦਾਂ ਲਾਈਫ ਦੇ ਵਿੱਚ, ਠੀਕ ਹੈ ਜਿਹੜੀ ਤੁਸੀਂ ਸਟੱਡੀ ਕਰ ਰਹੇ ਹੋ, ਹਾਂ ਇਹ ਨਹੀਂ ਵੀ ਤੁਸੀਂ ਪਲੈਨਿੰਗ ਬਿਲਕੁਲ ਛੱਡ ਦਿਓ ਯਾਰ, ਪੇਪਰ ਹੈਗਾ ਪਰਸੋਂ, ਮੈਂ ਪਲੈਨਿੰਗ ਨਹੀਂ ਕਰਨੀ ਯਾਰ, ਇੱਦਾਂ ਉਹਦੀ ਪਲੈਨਿੰਗ ਕਰੋ। ਲੇਕਿਨ ਕੁਛ ਚੀਜ਼ਾਂ ਜਿਹੜੀਆਂ ਜਿਹੜੀ ਤੁਹਾਡੀ ਜ਼ਿੰਦਗੀ ਨੂੰ ਸਵਾਦ ਦੇਣ, ਉਹਦੀਆਂ ਪਲੈਨਿੰਗਸ ਨਹੀਂ ਕਰਨੀਆਂ। ਆਪਣਾ ਜਿਹੜਾ ਤੁਸੀਂ ਕੰਮ ਕਰ ਰਹੇ ਹੋ, ਜਿਹੜੀ ਪੜ੍ਹਾਈ ਕਰਨਾ ਹੋ, ਉਹਨੂੰ ਐਂ ਠੋਕ ਕੇ ਕਰੋ, ਅੱਗੇ ਕੀ ਹੋਣਾ ਕੀ ਨਹੀਂ ਕਰਨਾ ਇਹਦਾ ਨਹੀਂ ਪਲੈਨਿੰਗ ਕਰਨੀ, ਉਹ ਸਭ ਹੁੰਦਾ ਜਾਏਗਾ। ਥੈਂਕ ਯੂ ਸੋ ਮਚ। ਇੱਕ ਕੁਐਸਚਨ ਲਾਸਟ, ਦੋ ਪੁੱਛੋ ਤੁਹਾਨੂੰ, ਦੋ ਕੋਈ ਗੱਲ ਨਹੀਂ। ਓਕੇ, ਜੇ ਤੁਹਾਡੀ ਲਾਈਫ 'ਤੇ ਇੱਕ ਬੁੱਕ ਬਣਨੀ ਹੋਏ, ਉਹਦਾ ਟਾਈਟਲ ਕੀ ਹੋਏਗਾ ਤੁਹਾਡੇ ਅਕੋਰਡਿੰਗ? ਮੈਡਮ ਮੈਂ ਠੀਕ ਹੈ, ਮੁੰਡੇ ਨੇ ਕੀ, ਨਹੀਂ ਨਹੀਂ ਇੱਦਾਂ ਦੀ ਗੱਲ ਨਹੀਂ, ਇਹ ਆਨਸਰ ਕਰਨਾ ਬਹੁਤ ਜ਼ਰੂਰੀ ਹੈ। ਟਾਈਟਲ ਦੱਸਣਾ ਤੁਸੀਂ, ਦੇਖੋ ਕਿੰਨੇ ਟਾਈਟਲ ਦੇ ਬੱਚਿਆਂ ਨੇ ਦੱਸਦੇ, ਵੈਲਕਮ ਮਾਈ ਫਰੈਂਡ, ਵੈਲਕਮ, ਇਟਸ ਅ ਵੈਰੀ ਗੁੱਡ ਟਾਈਟਲ, ਓਏ ਹੋਏ 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 ਟਾਈਟਲ ਹੈ, ਵੀ ਬਹੁਤ ਅੱਛਾ ਟਾਈਟਲ। ਬਟ ਔਨ ਸੀਰੀਅਸ ਨੋਟ, ਨਹੀਂ ਦੇਖੋ ਉਹਦੇ 'ਚ ਕੀ ਹੈ ਕਿ ਮੈਂ ਕੁਛ ਸੋਚਦਾ ਨਹੀਂ, ਮੈਨੂੰ ਪਤਾ ਨਹੀਂ ਕਿ ਹੈ ਨਾ, ਇਹ ਤਾਂ ਬੜੀ ਵੱਡੀ ਗੱਲ ਹੋ ਜਾਂਦੀ, ਮੇਰੇ ਤਾਂ ਕੋਈ ਕਿਤਾਬ ਕਿਉਂ ਲਿਖੇਗਾ, ਕੋਈ ਇੱਦਾਂ ਦੀ ਕੋਈ ਅਚੀਵਮੈਂਟ ਵੀ ਨਹੀਂ ਹੈਗੀ ਮੇਰੀ, ਬਸ ਇਹ ਹੈ ਕਿ ਠੀਕ ਹੈ ਹੱਸਦੇ ਖੇਡਦੇ ਰਹੀਦਾ ਅਤੇ। ਹਾਂਜੀ ਥੈਂਕ ਯੂ ਸੋ ਮਚ ਯਾਰ, ਤੁਸੀਂ ਇੰਨਾ ਪਿਆਰ ਕਰਦੇ, ਨਿੱਕੀ ਨਿੱਕੀ ਗੱਲ ਤੁਸੀਂ ਫੋਲੋ ਕੀਤੀ ਹੋਈ ਮੇਰੀ, ਸੋ ਨਹੀਂ ਭਾਅ ਜੀ ਮੈਨੂੰ ਗਾਣਾ ਤਾਂ ਨਹੀਂ ਆਉਂਦਾ, ਮੈਂ ਤਾਂ ਆਈ ਐਮ ਵੈਰੀ ਬੈਡ ਸਿੰਗਰ। ਹਾਂਜੀ ਹਾਂਜੀ ਸਪੋਰਟ ਕਰੋਗੇ ਫਿਰ, ਚਲੋ ਠੀਕ ਹੈ ਫਿਰ। ਯਾਦ ਤੇਰੀ ਆਏਗੀ ਮੁਝਕੋ ਬੜਾ ਸਤਾਏਗੀ, ਯਾਦ ਤੇਰੀ ਆਏਗੀ ਮੁਝਕੋ ਬੜਾ ਸਤਾਏਗੀ, ਜਿੱਦ ਇਹ ਝੂਠੀ ਤੇਰੀ ਮੇਰੀ ਜਾਨ ਲੈ ਕੇ ਜਾਏਗੀ ਯਾਦ। ਥੈਂਕ ਯੂ ਸੋ ਮਚ, ਥੈਂਕ ਯੂ, ਸਰ ਥੈਂਕ ਯੂ ਸੋ ਮਚ, ਸਾਨੂੰ ਗੱਲਾਂ ਕਰਕੇ ਬਹੁਤ ਮਜ਼ਾ ਆਇਆ, ਐਂਡ ਬੱਚਿਆਂ ਨੇ ਵੀ ਬਹੁਤ ਕੁਝ ਸਿੱਖਿਆ, ਦੇ ਆਰ ਹਿਊਜ ਫੈਨ ਆਫ ਯੋਰਸ। ਜਾਂਦੇ ਜਾਂਦੇ ਇਹਨਾਂ ਨੂੰ ਕੋਈ ਮੈਸੇਜ? ਤੁਸੀਂ ਸਾਰੇ ਬਹੁਤ ਖੁਸ਼ ਰਹੋ ਹਮੇਸ਼ਾ ਵਧੀਆ, ਤੁਸੀਂ ਮੈਨੂੰ ਕਿਹਾ ਜਾਂਦੇ ਜਾਂਦੇ ਸੋ ਯਾਰ ਮੇਰਾ ਇਹ ਮੈਸੇਜ ਨਹੀਂ ਸੀਗਾ, ਮੈਸੇਜ ਮੈਂ ਕੋਈ ਹੋਰ ਦੇਣਾ ਤੁਹਾਨੂੰ, ਸੋ ਮੇਰਾ ਇੱਕ ਮੈਸੇਜ ਹੈਗਾ ਸਾਰੇ ਸਟੂਡੈਂਟਸ ਨੂੰ ਜਿਹੜਾ ਮੈਂ ਪਹਿਲਾਂ ਦੇ ਚੁੱਕਿਆ, ਆਪਣੀ ਜਰਨੀ ਨੂੰ ਆਪਣਾ ਗੋਲ ਬਣਾਓ, ਜਰਨੀ ਸ਼ੁੱਡ ਬੀ ਵੈਰੀ ਬਿਊਟੀਫੁੱਲ ਐਂਡ ਲਾਈਫ ਇਜ਼ ਵੈਰੀ 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 ਬਿਊਟੀਫੁੱਲ। ਥੈਂਕ ਯੂ ਸੋ ਮਚ। ਗਰੁੱਪ ਪਿਕਚਰ ਵਾਸਤੇ ਮੈਂ ਰਾਜੇਸ਼ ਸ਼ਰਮਾ ਸਰ ਅਤੇ ਯੂਨੀਵਰਸਿਟੀ, ਹੈਲੋ ਪ੍ਰੋਫੈਸਰ ਮਨੀਸ਼ ਸਰ।